ਦਾ ਹੱਥ ਫੜੀ ਬਜ਼ੁਰਗ ਨੂੰ ਧੱਕਾ ਦਿੰਦਾ ਹੋਇਆ ਸ਼ਖਸ ਜ਼ੋਰ-ਜ਼ੋਰ ਦੇ ਨਾਲ ਚੀਖ ਰਿਹਾ ਹੈ। ਉਹ ਕੁੜੀ ਦਾ ਬਜ਼ੁਰਗ ਤੋਂ ਹੱਥ ਛਡਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬਜ਼ੁਰਗ ਕੁੜੀ ਦਾ ਹੱਥ ਛੱਡਣ ਦੇ ਲਈ ਤਿਆਰ ਨਹੀਂ। ਤਿੰਨਾਂ ਦੇ ਵਿਚਾਲੇ ਕਾਫੀ ਦੇਰ ਤੱਕ ਧੱਕਾ ਮੁੱਕੀ ਅਤੇ ਜ਼ੋਰ ਅਜ਼ਮਾਇਸ਼ ਚੱਲਦੀ ਰਹੀ। ਇਹ ਸ਼ਖਸ ਉਸ ਬਜ਼ੁਰਗ ਦਾ ਦਮਾਦ ਹੈ ਅਤੇ ਉਸ ਮਹਿਲਾ ਦਾ ਪਤੀ ਹੈ ਜਦੋਂ ਕਿ ਬਜ਼ੁਰਗ ਉਸ ਮਹਿਲਾ ਦਾ ਪਿਤਾ ਹੈ। ਇੱਥੇ ਸਾਡੇ ਹੱਥ ਗਲ ਪਿਆ, ਹੱਥੋਂ ਪਾਈ ਕੀਤੀ ਸਾਡੇ ਨਾਲ। ਕੌਣ ਪਿਆ, ਕੀ ਮਾਮਲਾ ਸੀ? ਦਮਾਦ ਮੇਰਾ। ਮੜਾ ਬੋਲ ਕੇ ਦੱਸੋ ਕੌਣ, ਕੀ ਮਾਮਲਾ, ਕੀ ਸੀ, ਗੱਲ ਕੀ ਹੋਇਆ ਸੀ? ਗੱਲ ਕੁਛ ਵੀ ਨਹੀਂ। ਕੋਰਟ ਚ ਤਰੀਕ ਭੁਗਤ ਕੇ ਨਿਕਲੇ, ਕੁੜੀ ਨੇ ਆਪਣਾ ਫੈਸਲਾ ਸੁਣਾਤਾ ਵੀ ਮੈਂ ਨਹੀਂ ਜਾਣਾ। 10 ਸਾਲ ਪਹਿਲਾਂ ਨੌਜਵਾਨ ਦਾ ਉਸ ਮਹਿਲਾ ਨਾਲ ਵਿਆਹ ਹੋਇਆ ਪਰ ਵਿਆਹ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਲਗਾਤਾਰ ਖਰਾਬ ਹੁੰਦੇ ਚਲੇ ਗਏ ਅਤੇ ਗੱਲ ਤਲਾਕ ਤੱਕ ਪਹੁੰਚ ਗਈ। ਬਾਈ ਹੋਇਆ ਬਣਦੀ ਆ, ਤੁਹਾਡਾ ਜੂਸ ਮੈਂ ਕੱਢੂਗਾ। ਪਿਛਲੇ 2 ਸਾਲ ਤੋਂ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ। ਦੋਵੇਂ ਕੋਰਟ ਪਹੁੰਚੇ ਜਿੱਥੇ ਇਹ ਸ਼ਖਸ ਆਪਣੇ ਦੋਵੇਂ ਬੱਚਿਆਂ ਦੇ ਲਈ ਮਹਿਲਾ ਦੇ ਨਾਲ ਜ਼ੋਰ ਜ਼ਬਰਦਸਤੀ ਕਰ ਰਿਹਾ ਹੈ ਪਰ ਮਹਿਲਾ ਆਪਣੇ ਬੱਚਿਆਂ ਨੂੰ ਖੁਦ ਪਾਲਣਾ ਚਾਹੁੰਦੀ ਹੈ। ਜੀ ਤੇ ਮੈਂ ਬੱਚੇ ਤਾਂ ਦੇਣੇ ਨਹੀਂ ਆ, ਜੀ ਬੱਚੇ ਤਾਂ ਮੇਰੇ ਕੋਲ ਹੀ ਰਹਿਣਗੇ। ਮੈਂ ਕਿਹਾ ਮੈਂ ਆਪਣੇ ਆਪ ਪਾਲੂੰਗੀ ਉਹਨਾਂ ਨੂੰ, ਮੈਂ ਇਹਨਾਂ ਨੂੰ ਨਹੀਂ ਦੇਣੇ। ਮੈਂ ਕਿਹਾ ਕੰਮ। ਮਹਿਲਾ ਦਾ ਕਹਿਣਾ ਕਿ ਉਸ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ ਹੈ, ਲਿਹਾਜ਼ਾ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਹੁਣ ਉਹ ਪਤੀ ਤੋਂ ਵੱਖ ਹੋ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨਾ ਚਾਹੁੰਦੀ ਹੈ। ਕੋਈ ਵੀ ਨਹੀਂ ਰੋਲਾ ਸੀਗਾ ਸਰ, ਘਰੇ ਆਪਣੇ ਮਾਂ ਪਿਓ ਨੂੰ ਫੋਨ ਨਹੀਂ ਕਰਨਾ ਸੀ, ਮਾਂ ਪਿਓ ਨਾਲ ਗੱਲ ਨਹੀਂ ਕਰਨੀ, ਨਾ ਭੈਣ ਭਰਾਵਾਂ ਨਾਲ, ਨਾ ਆਉਣਾ ਜਾਣਾ ਉਹਨਾਂ ਕੋਲ। ਬਸ ਉਸੇ ਤੋਂ ਹੀ ਫੋਨ ਤੋਂ ਹੀ ਸਾਨੂੰ ਘਰੋਂ ਕੱਢਤਾ, ਸਾਨੂੰ ਘਰੋਂ ਕੱਢਤਾ, ਮੈਨੂੰ ਵੀ ਨਿਆਣਿਆਂ ਨੂੰ ਵੀ। ਜਮਾਲਪੁਰ ਨੌਜਵਾਨ ਜਦੋਂ ਸੜਕ ਦੇ ਵਿਚਾਲੇ ਤਮਾਸ਼ਾ ਕਰ ਰਿਹਾ ਸੀ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਤੇ ਲੋਕਾਂ ਦੀ ਗੱਲਾਂ ਦਾ ਅਸਰ ਕੋਈ ਨਹੀਂ ਹੋਇਆ। ਉਹ ਮਹਿਲਾ ਦਾ ਰਾਹ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਰਿਹਾ। ਕੋਰਟ ਕੰਪਲੈਕਸ ਦੇ ਬਾਹਰ ਬਵਾਲ ਤੋਂ ਬਾਅਦ ਮਹਿਲਾ ਨੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਲੁਧਿਆਣਾ ਤੋਂ ਰਾਜਿੰਦਰ, ਨਿਊਜ਼ 18 ਪੰਜਾਬ। ਕੁੜੀ ਦਾ ਹੱਥ ਫੜੀ ਬਜ਼ੁਰਗ ਨੂੰ ਧੱਕਾ ਦਿੰਦਾ ਹੋਇਆ ਸ਼ਖਸ ਜ਼ੋਰ ਜ਼ੋਰ ਦੇ ਨਾਲ ਚੀਖ ਰਿਹਾ ਹੈ। ਉਹ ਕੁੜੀ ਦਾ ਬਜ਼ੁਰਗ ਤੋਂ ਹੱਥ ਛਡਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬਜ਼ੁਰਗ ਕੁੜੀ ਦਾ ਹੱਥ ਛੱਡਣ ਦੇ ਲਈ ਤਿਆਰ ਨਹੀਂ। ਤਿੰਨਾਂ ਦੇ ਵਿਚਾਲੇ ਕਾਫੀ ਦੇਰ ਤੱਕ ਧੱਕਾ ਮੁੱਕੀ ਅਤੇ ਜ਼ੋਰ ਅਜ਼ਮਾਇਸ਼ ਚੱਲਦੀ ਰਹੀ। ਇਹ ਸ਼ਖਸ ਉਸ ਬਜ਼ੁਰਗ ਦਾ ਦਮਾਦ ਹੈ ਅਤੇ ਉਸ ਮਹਿਲਾ ਦਾ ਪਤੀ ਹੈ ਜਦੋਂ ਕਿ ਬਜ਼ੁਰਗ ਉਸ ਮਹਿਲਾ ਦਾ ਪਿਤਾ ਹੈ। ਇੱਥੇ ਸਾਡੇ ਹੱਥ ਗਲ ਪਿਆ, ਹੱਥੋਂ ਪਾਈ ਕੀਤੀ ਸਾਡੇ ਨਾਲ। ਕੌਣ ਪਿਆ, ਕੀ ਮਾਮਲਾ ਸੀ? ਦਿਮਾਗ ਮੇਰਾ। ਮੜਾ ਬੋਲ ਕੇ ਦੱਸੋ ਕੌਣ, ਕੀ ਮਾਮਲਾ, ਕੀ ਸੀ, ਗੱਲ ਕੀ ਹੋਇਆ ਸੀ? ਗੱਲ ਕੁਛ ਵੀ ਨਹੀਂ। ਕੋਰਟ 'ਚ ਤਰੀਕ ਭੁਗਤ ਕੇ ਨਿਕਲੇ, ਕੁੜੀ ਨੇ ਆਪਣਾ ਫੈਸਲਾ ਸੁਣਾਤਾ ਵੀ ਮੈਂ ਨਹੀਂ ਜਾਣਾ। 10 ਸਾਲ ਪਹਿਲਾਂ ਨੌਜਵਾਨ ਦਾ ਉਸ ਮਹਿਲਾ ਨਾਲ ਵਿਆਹ ਹੋਇਆ ਪਰ ਵਿਆਹ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਲਗਾਤਾਰ ਖਰਾਬ ਹੁੰਦੇ ਚਲੇ ਗਏ ਅਤੇ ਗੱਲ ਤਲਾਕ ਤੱਕ ਪਹੁੰਚ ਗਈ। ਬਾਈ ਹੋਇਆ ਬਣਦੀ ਆ, ਤੁਹਾਡਾ ਜੂਸ ਮੈਂ ਕੱਢੂਗਾ। ਪਿਛਲੇ 2 ਸਾਲ ਤੋਂ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ। ਦੋਵੇਂ ਕੋਰਟ ਪਹੁੰਚੇ ਜਿੱਥੇ ਇਹ ਸ਼ਖਸ ਆਪਣੇ ਦੋਵੇਂ ਬੱਚਿਆਂ ਦੇ ਲਈ ਮਹਿਲਾ ਦੇ ਨਾਲ ਜ਼ੋਰ ਜ਼ਬਰਦਸਤੀ ਕਰ ਰਿਹਾ ਹੈ ਪਰ ਮਹਿਲਾ ਆਪਣੇ ਬੱਚਿਆਂ ਨੂੰ ਖੁਦ ਪਾਲਣਾ ਚਾਹੁੰਦੀ ਹੈ। ਜੀ ਤੇ ਮੈਂ ਬੱਚੇ ਤਾਂ ਦੇਣੇ ਨਹੀਂ ਆ, ਜੀ ਬੱਚੇ ਤਾਂ ਮੇਰੇ ਕੋਲ ਹੀ ਰਹਿਣਗੇ। ਮੈਂ ਕਿਹਾ ਮੈਂ ਆਪਣੇ ਆਪ ਪਾਲੂੰਗੀ ਉਹਨਾਂ ਨੂੰ, ਮੈਂ ਇਹਨੂੰ ਨਹੀਂ ਦੇਣੇ। ਮੈਂ ਕਿਹਾ ਕੰਮ। ਮਹਿਲਾ ਦਾ ਕਹਿਣਾ ਕਿ ਉਸ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ ਹੈ, ਲਿਹਾਜ਼ਾ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਹੁਣ ਉਹ ਪਤੀ ਤੋਂ ਵੱਖ ਹੋ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨਾ ਚਾਹੁੰਦੀ ਹੈ। ਕੋਈ ਵੀ ਨਹੀਂ ਰੋਲਾ ਸੀਗਾ ਸਰ, ਘਰੇ ਆਪਣੇ ਮਾਂ ਪਿਓ ਨੂੰ ਫੋਨ ਨਹੀਂ ਕਰਨਾ ਸੀ, ਮਾਂ ਪਿਓ ਨਾਲ ਗੱਲ ਨਹੀਂ ਕਰਨੀ, ਨਾ ਭੈਣ ਭਰਾਵਾਂ ਨਾਲ, ਨਾ ਆਉਣਾ ਜਾਣਾ ਉਹਨਾਂ ਕੋਲ। ਬਸ ਉਸੇ ਤੋਂ ਹੀ ਫੋਨ ਤੋਂ ਹੀ ਸਾਨੂੰ ਘਰੋਂ ਕੱਢਤਾ, ਸਾਨੂੰ ਘਰੋਂ ਕੱਢਤਾ, ਮੈਨੂੰ ਵੀ ਨਿਆਣਿਆਂ ਨੂੰ ਵੀ। ਜਮਾਲਪੁਰ ਨੌਜਵਾਨ ਜਦੋਂ ਸੜਕ ਦੇ ਵਿਚਾਲੇ ਤਮਾਸ਼ਾ ਕਰ ਰਿਹਾ ਸੀ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਤੇ ਲੋਕਾਂ ਦੀ ਗੱਲਾਂ ਦਾ ਅਸਰ ਕੋਈ ਨਹੀਂ ਹੋਇਆ। ਉਹ ਮਹਿਲਾ ਦਾ ਰਾਹ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਰਿਹਾ। ਕੋਰਟ ਕੰਪਲੈਕਸ ਦੇ ਬਾਹਰ ਬਵਾਲ ਤੋਂ ਬਾਅਦ ਮਹਿਲਾ ਨੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਲੁਧਿਆਣਾ ਤੋਂ ਰਾਜਿੰਦਰ, ਨਿਊਜ਼ 18 ਪੰਜਾਬ।